ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਜੋ ਅਲੱਗ-ਅਲੱਗ ਵਿਚਾਰ ਪੁਸਤਕ ਜੀਵਨ ਕ੍ਰਣੀ ਵਿੱਚ ਅੰਕਿਤ ਹਨ ਉਹਨਾਂ ਵਿੱਚੋਂ ਤਿੰਨ ਬਚਨ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਹਾਂ ਪਹਿਲੇ ਵਿੱਚ ਬਿਰਤੀ ਨਾਲ ਸਿਮਰਨ ਕਰਨ ਨਾਲ ਕੀ ਹੁੰਦਾ ਹੈ ਦੂਸਰੇ ਬਚਨ ਵਿੱਚ ਇਹ ਦਰਸਾਇਆ ਗਿਆ ਹੈ ਕਿ ਮਨ ਦੇ ਮੁੰਨੇ ਬਿਨਾਂ ਫਕੀਰੀ ਦੀ ਜੁਗਤ ਪ੍ਰਾਪਤ ਨਹੀਂ ਹੁੰਦੀ ਤੇ ਮਨ ਦੇ ਮੁੰਨੇ ਜਾਣ ਤੋਂ ਕੀ ਪਾਉ ਹੈ ਤੇ ਤੀਸਰੇ ਹਿੱਸੇ ਵਿੱਚ ਇਹ ਦਰਸਾਇਆ ਹੈ ਕਿ ਜਿਹੜਾ ਇਨਸਾਨ ਗੁਰੂ ਦੀ ਮਤ ਉਤੇ ਟੁਰ ਕੇ ਆਪ ਸੁਖੀ ਹੋ ਜਾਂਦਾ ਹੈ ਤਾਂ ਉਹ ਹੋਰਨਾਂ ਲਈ ਵੀ ਸੁਖਦਾਈ ਬਣ ਜਾਂਦਾ ਹੈ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਪਹਿਲਾ ਬਚਨ ਨਾਮ ਨਾਲ ਅਨੇਕ ਚਿੰਤਨ ਤੋਂ ਇੱਕ ਚਿੰਤਨ ਵਿੱਚ ਹਾਂ ਇੱਕ ਵਿਆਪਕ ਜੋਤੀ ਦੇ ਚਿੰਤਨ ਵਿੱਚ ਆ ਜਾਈਦਾ ਹੈ ਇਹ ਇੱਕ ਚਿੰਤਨ ਜਿਉਂ-ਜਿਉਂ ਵਧੇਗਾ ਸਤਿਆ ਵਧੇਗੀ ਦ੍ਰਿਸ਼ਟੀ ਖੁੱਲੇਗੀ ਪ੍ਰਤੀਤ ਹੋਵੇਗਾ ਕਿ ਸਿਮਰਨ ਦੇ ਮੂਲ ਦਾ ਅਰਥ ਹੈ ਯਾਦ ਕਰਨਾ ਪ੍ਰਸੰਨ ਹੋਣਾ ਪਿਆਰ ਕਰਨਾ ਹਾਂਜੀ ਸਿਮਰਨ ਦੇ ਮੂਲ ਦਾ ਅਰਥ ਹੈ ਯਾਦ ਕਰਨਾ ਪ੍ਰਸੰਨ ਹੋਣਾ ਪਿਆਰ ਕਰਨਾ ਸਿਮਰਨ ਦਾ ਫਲ ਹੈ ਬਿਰਤੀ ਦਾ ਉદય ਹੋਣਾ ਸਿਮਰਦੇ ਹਾਂ ਸਾਈਂ ਨੂੰ ਉਸ ਨਾਲ ਪਿਆਰ ਉਹ ਪੁੱਛਦਾ ਹੈ ਉਹ ਅਨੰਤ ਸਰੂਪ ਹੈ ਉਸ ਨੂੰ ਪਿਆਰ ਬਿਰਤੀ ਨਾਲ ਸਿਮਰਿਆ ਆਨੰਦ ਆਉਂਦਾ ਹੈ ਦੂਸਰਾ ਬਚਨ ਫਕੀਰੀ ਹੈ ਮਨ ਦਾ ਮੁੰਨਣਾ ਨਾ ਕਿ ਸ਼ਰੀਰ ਦਾ ਮਨ ਦੇ ਮੁੰਨੇ ਬਿਨਾ ਫਕੀਰੀ ਦੀ ਜੁਗਤ ਪ੍ਰਾਪਤ ਨਹੀਂ ਹੁੰਦੀ ਮਨ ਦੇ ਮੁੰਨੇ ਜਾਣ ਦੀ ਜੁਗਤ ਇਹ ਹੈ ਕਿ ਇਸ ਨੂੰ ਕੱਟ ਕੇ ਗੁਰੂ ਦੇ ਅੱਗੇ ਧਰ ਦੇਵੇ ਅਰਥਾਤ ਆਪਣੇ ਮਨ ਦੀ ਮਤ ਸਾਰੀ ਤਿਆਗ ਦੇਵੇ ਤੇ ਗੁਰੂ ਦੀ ਮਤ ਨੂੰ ਆਪਣੀ ਬਣਾ ਲਵੇ ਹਾਂਜੀ ਫਿਰ ਦੁਹਰਾ ਦਈਏ ਕਿ ਮਨ ਦੇ ਮੁੰਨੇ ਜਾਣ ਦੀ ਜੁਗਤ ਇਹ ਹੈ ਕਿ ਇਸ ਨੂੰ ਕੱਟ ਕੇ ਗੁਰੂ ਦੇ ਅੱਗੇ ਧਰ ਦੇਵੇ ਅਰਥਾਤ ਆਪਣੇ ਮਨ ਦੀ ਮਤ ਤਾਂ ਸਾਰੀ ਤਿਆਗ ਦੇਵੇ ਤੇ ਗੁਰੂ ਦੀ ਮਤ ਨੂੰ ਆਪਣੀ ਬਣਾ ਲਵੇ ਤੀਸਰਾ ਬਚਨ ਇਹੋ ਪੁਰਖ ਬੈਰਾਗੀ ਹੁੰਦਾ ਹੈ ਤੇ ਇਹੋ ਗੁਰੂ ਦੇ ਵਚਨਾਂ ਦਾ ਪਰਖਣਹਾਰ ਹੁੰਦਾ ਹੈ ਗੁਰੂ ਦੀ ਮਤ ਤੇ ਟੁਰ ਕੇ ਜਦ ਉਹ ਆਪ ਸੁਖੀ ਹੋ ਜਾਂਦਾ ਹੈ ਤਾਂ ਹੋਰ ਨਾਲੇ ਵੀ ਸੁਖਦਾਈ ਹੋ ਜਾਂਦਾ ਹੈ ਉਸ ਦੀ ਪਰਖਣਾ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਗੁਰੂ ਦੀ ਮਤ ਸੱਚਮੁੱਚ ਉੱਚੀ ਸ਼ੈ ਹੈ ਫਿਰ ਉਹ ਗੁਰੂ ਦੀ ਮਤ ਪਰ ਟੁਰ ਕੇ ਪਰਖਣਾ ਨਾਲ ਨਿਸ਼ਚੇ ਕਰਕੇ ਕਿ ਮੈਂ ਠੀਕ ਰਾਹ ਹੋ ਟੁਰ ਰਿਆਂ ਹਾਂ ਗੁਰਮੁਖ ਹੋ ਜਾਂਦਾ ਹੈ ਪਰਖਣਾ ਨਾਲ ਨਿਸ਼ਚੇ ਕਰਕੇ ਕਿ ਮੈਂ ਠੀਕ ਰਾਹੇ ਟੁਰ ਰਿਆਂ ਹਾਂ ਗੁਰਮੁਖ ਹੋ ਜਾਂਦਾ ਹੈ ਪਰ ਐਸਾ ਗੁਰਮੁਖ ਮਨ ਨੂੰ ਜਿੱਤ ਲੈਣ ਵਾਲਾ ਵਿਹਲਾ ਹੁੰਦਾ ਹੈ ਗੁਰਮੁਖ ਆਪਣੀ ਹੋਂ ਤੇ ਖੁਦਗਰਜ਼ੀ ਦੇ ਭਰੇ ਮੈਂ ਮੇਰੀ ਵਾਲੇ ਵਿਤਰੇ ਵਾਲੇ ਰਸਾਂ ਤੋਂ ਉੱਚਾ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ